ਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਦੀ ਕਰਨ ਬਜਾਈ ਚੱਲਦਾ ਆਪਣਾ ਨਵਾਂ ਟਮਾਟਰ ਹੀ ਨਵੀਂ ਸ਼ੋਅ ਵਾਲਾ ਖੇਤ ਤਿਆਰ ਕਰਤਾ ਦੀ ਕੱਲ ਰਾਤ ਪੈ ਗਿਆ ਮੀਂਹ ਅਤੇ ਆ ਥੋੜ੍ਹਾ ਹੀ ਆ ਉਹਦੇ ਕਰਕੇ ਗਿੱਲਾ ਜਿਹਾ ਹੋ ਗਿਆ ਸੀ ਖੇਤ ਇੱਕ ਵਾਰ ਹਲ ਮਾਰਤੇ ਹੁਣ ਆਪਾਂ ਫਿਰ ਕਰ ਦਾਂਗੇ ਬਜਾਈ ਮਸ਼ੀਨ 'ਤੇ ਵੀ ਰੇਹ ਪੈ ਗਿਆ ਸਾਰਾ ਢਾਈ ਗਿੱਲਾ ਹੋ ਗਿਆ ਕਰਕੇ ਸਾਫ ਕਰਕੇ ਫਿਰ ਪਾਉਂਦੇ ਹਾਂ ਉਹ ਉੱਠ ਖੜੋ ਕਰ ਲਓ ਕੁਛ ਕਰਕੇ ਸਾਫ ਪਾਓ ਡਾਈ ਡੂਈ ਇਹ 'ਚ ਪੂਰਾ ਜ਼ੋਰ ਮਾਰਦਾ ਗਰਮ ਕਰਤਾ ਦੀ ਆਪਾਂ ਕੱਲ੍ਹ ਅਖੜਾ ਆਪਣਾ 843 4x4 ਪਾਣੀ ਚੱਲ ਰਿਹਾ ਆਲੂਆਂ ਨੂੰ ਹਲ ਤਾਂ ਲਾਈਟ ਨਹੀਂ ਇਹ ਪਰਸੋਂ ਰਹਿ ਗਏ ਸੀ ਥੋੜ੍ਹੇ ਜਿਹੇ ਚੱਲ ਰਿਹਾ ਪਾਣੀ ਆ ਰਿਹਾ ਛੋਟੂ ਅਤੇ ਮੀਂਹ ਵੀ ਪੈ ਗਿਆ ਰਾਤ ਉਹਦੇ ਕਰਕੇ ਭਰੇ ਹੋਏ ਆਲੂਆਂ 'ਚ ਪਾਣੀ ਖੜ੍ਹਾ ਕਿਤੇ ਕਿਤੇ ਨਿਕਲਦਾ ਆਉਣਾ ਹੈ ਐਲਾ ਰਿਹਾ ਵਧੀਆ ਤੁਰਿਆ ਹੋਇਆ ਸੀ ਅਤੇ ਬਾਕੀ ਬਿਜਾਈ ਦਾ ਕੰਮ ਵੀ ਚੱਲਦਾ ਹੈ ਰਹਿ ਗਏ 2 ਕਿਆਰੇ ਹੁਣ ਕਰਦੇ ਹਾਂ ਮੋਟਰ ਬੰਦ ਇਕੱਲੇ ਜਾਣੇ ਕਰਕੇ ਆਪਾਂ ਮੋਟਰ ਇੱਕ ਬਟਨ 'ਤੇ ਚਲਾਈ ਵੀ ਅੱਧਾ ਪਾਣੀ ਕੱਢਦੀ ਹੈ ਦੇਖੋ ਹੁਣ ਕਰਦੇ ਹਾਂ ਮੋਟਰ ਬੰਦ ਭਰ ਕੇ ਆਲੂ ਅਤੇ ਚੱਲਦੇ ਹਾਂ ਪਿੰਡ ਖਾਲੀਆਂ ਕੱਢਦੇ ਹਾਂ ਆਲੂਆਂ ਦੀਆਂ ਦੇਖੋ ਟਰਾਲੇ ਖੜ੍ਹੇ ਆਪਣੇ ਪਿੰਡ ਤੋਂ 2 ਕਿਲੋਮੀਟਰ ਦੇ ਦੂਰ 'ਤੇ ਆ
लग्या है हमारी फैक्ट्री कटनाली हुआ ਗਈ ਖੇਤ ਚ ਲੱਗਿਆ ਮਾਲ ਪਾਉਣ ਮਸ਼ੀਨ ਚ ਤੇ ਬੀ ਹੈਗਾ ਆਪਣਾ ਸੀ ਸਾਈਜ਼ ਤੇ ਬਾਕੀ ਨਾਲ ਹੁੰਦੇ ਸੁਭਾਗਾ ਚੱਲਦਾ ਹੈ ਮੂਰੇ ਮੂਰੇ ਫਿਰ ਰੂਟਾਵੀਟਰ ਮਾਰਾਂਗੇ ਖੇਤ ਚ ਚਲੋ ਕਰਦੇ ਹਾਂ ਬਿਜਾਈ ਸ਼ੁਰੂ ਲਾਗੇ ਦੀ ਬਿਜਾਈ ਕਰਨ ਕੀ ਮੂਰੇ ਰੂਟਾਵੀਟਰ ਮਾਰੀ ਜਾਂਦੇ ਆ ਬੀ ਪਾ ਰਹੇ ਨੇ ਬੰਦੇ ਇਹਨੇ ਮੈਂ 7-8 42-44 ਬੋਰੀਆਂ ਬਹਿਣਗੀਆਂ ਸੀਸ ਹੈ ਯਾ ਚੱਲਦਾ ਜੀ ਕੰਮ ਕਰ ਵਧੀਆ ਹੁਣ ਇਧਰਲੇ ਪਲਾਟ ਚ ਮਾਰਦੇ ਆ ਪੋਟਾਸ ਅੱਗੇ ਦੀ ਇੱਧਰਲੇ ਖੇਤ 'ਚ ਬੀਜਣ ਆਲੂ ਮੂਹਰੇ ਰੂਟਾਵੀਟਰ ਮਾਰੀ ਜਾਂਦੇ ਹਾਂ ਲੱਗੇ ਨੇ ਬੰਦੇ ਬੀ ਪਾਉਣ ਅਤੇ ਬੱਟ ਚੈੱਕ ਕਰੋ ਕਿਵੇਂ ਬਣਦੀ ਆ ਐਨ ਚੇਪੀ ਪਈ ਆ ਇੱਕ ਨੰਬਰ ਬੱਟ ਬਣਦੀ ਆ ਪੂਰੀ ਮੂਹਰੇ ਰੂਟਾਵੀਟਰ ਮਾਰਨ ਦਾ ਹੀ ਫਾਇਦਾ ਹੈ ਗਿੱਲੀ ਮਿੱਟੀ ਮਿਲੀ ਜਾਂਦੀ ਆ ਪਲਾਂਟਰ ਨੂੰ ਪਰਲਾ ਪਲਾਟ ਬੀਜਿਆ ਗਿਆ